ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਬਾਈ ਜੀ ਟੀਵੀ ਤੇ ਮੈਂ ਜੱਸੀ ਬੜੈਚ ਜਿਉਂ-ਜਿਉਂ ਚੋਣਾ ਨਜ਼ਦੀਕ ਆਉਂਦੀਆਂ ਨੇ ਤਾਂ ਸਿਆਸਤ ਦੇ ਵਿੱਚ ਇੱਕ ਆਮ ਗੱਲ ਹੁੰਦੀ ਆ ਕਿ ਵਿਰੋਧੀ ਪਾਰਟੀਆਂ ਤੇ ਤੰਜ ਕਸੇ ਜਾਣੇ ਗੱਲ ਕਰੀਏ ਤਾਂ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਚਾਰਜ ਸੀਟ ਜਾਰੀ ਕੀਤੀ ਗਈ ਆ ਸੀਟ ਦੇ ਵਿੱਚ ਮੌਜੂਦਾ ਸਰਕਾਰ ਦੇ ਕੁਝ ਖਲਾਸੇ ਕੀਤੇ ਗਏ ਆ ਉਹ આરોਪ ਲਗਾਏ ਗਿਆ ਕਿ ਕਿਹੜੇ ਵਾਅਦੇ ਉਹਨਾਂ ਨੇ ਕੀਤੇ ਸੀ ਕਿਹੜੇ ਵਾਅਦੇ ਉਹਨਾਂ ਨੇ ਪੂਰੇ ਕਰਨੇ ਸੀ ਕਿਹੜੇ ਵਾਅਦੇ ਪੂਰੇ ਨਹੀਂ ਕਰ ਸਕੇ ਸੋ ਇਸ ਸਮੇਂ ਸਾਡੇ ਨਾਲ ਵਿਸ਼ੇਸ਼ ਚਰਚਾ ਲਈ ਮੌਜੂਦ ਰਹਿਣਗੇ ਸ਼੍ਰੋਮਣੀ ਅਕਾਲੀ ਦਲ ਦੇ ਅਹਿਮ ਬੁਲਾ ਰਹੇ ਚਰਨਜੀਤ ਬਰਾੜ ਜੀ ਸਰ ਬਹੁਤ ਬਹੁਤ ਸਵਾਗਤ ਹੈ ਜੀ ਜੀ ਬਹੁਤ ਧੰਨਵਾਦ ਜੀ ਸਰ ਜਿੱਦਾਂ ਕਿ ਤੁਸੀਂ ਤੁਹਾਡੇ ਹੱਥ ਦੇ ਵਿੱਚ ਇੱਕ ਚਾਰਜ ਸ਼ੀਟ ਆ ਇਹ ਚਾਰਜ ਸ਼ੀਟ ਨੂੰ ਮੌਜੂਦਾ ਸਰਕਾਰ ਦੇ ਅਹਿਮ ਤੁਸੀਂ ਖੁਲਾਸੇ ਦੇ ਵਿੱਚ ਐਡ ਕੀਤੇ ਗਿਆ ਸੋ ਲੋਕਾਂ ਦੀ ਕਚਹਿਰੀ ਦੇ ਵਿੱਚ ਇਹਨੂੰ ਕਿਵੇਂ ਲੈ ਕੇ ਜਾਵੋਗੇ ਦੇਖੋ ਅਸੀਂ ਇਹ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਚਾਰਜ ਸ਼ੀਟ ਹੈ ਇਹਨੂੰ ਘਰ ਘਰ ਪਹੁੰਚਾਵਾਂਗੇ ਕਿ ਕਿਸ ਤਰ੍ਹਾਂ ਪੰਜਾਬ ਦੇ ਲੋਕਾਂ ਨਾਲ ਠੱਗੀ ਮਾਰ ਰਹੇ ਆ ਪੰਜਾਬ ਦੇ ਉੱਜਾਨਿਆਂ ਨੂੰ ਲੁੱਟਿਆ ਜਾ ਰਿਹਾ ਹੈ ਔਰ ਪੰਜਾਬ ਦੇ ਕੰਮ ਜਿਹੜੇ ਆ ਉਹ ਬਹੁਤ ਪਿੱਛੇ ਪਏ ਆ ਇਸ ਕਰਕੇ ਇਹਨੂੰ ਘਰ ਘਰ ਲੈ ਕੇ ਜਾਵਾਂਗੇ ਤੇ ਦੂਜਾ ਅਸੀਂ ਨਾਲ ਪੰਜਾਬੀਆਂ ਦੀ ਜਿਹੜੇ ਸੁਝਾਅ ਇਹ ਮੰਗਣ ਲੈਣ ਜਾਵਾਂਗੇ ਇਹ ਤੁਸੀਂ ਦੇਖਿਆ ਹੋਣਾ ਕੈਪਟਨ ਬਰਿੰਦਰ ਸਿੰਘ ਨੇ ਪਿਛਲੀ ਵਾਰੀ ਪ੍ਰਸ਼ਾਂਤ ਕੁਸ਼ੋਰ ਦੇ ਕਹਿਣ ਤੇ ਘਰੋ ਘਰੀ ਜਾ ਕੇ ਕਰਜ਼ ਮਾਫੀ ਤੇ ਨੌਕਰੀ ਦੇ ਫਾਰਮ ਭਰਾਏ ਸੀ ਤੇ ਅੱਜ ਪੁੱਛਣਾ ਚਾਹੁੰਦੇ ਹਾਂ ਕਿੱਥੇ ਇਹ ਕਿੱਡਾ ਵੱਡਾ ਧੋਖਾ ਕੀਤਾ ਸੀ ਇਸੇ ਤਰ੍ਹਾਂ ਅਜ ਕੇਜਰੀਵਾਲ ਗਰੰਟੀ ਫਾਰਮ ਭਰਾ ਰਿਹਾ ਮੈਂ ਇੱਕ ਬੇਨਤੀ ਕਰਾਂ ਕਿ ਜਦੋਂ ਪ੍ਰਸ਼ਾਂਤ ਕੁਸ਼ੋਰ ਨੇ ਪਿਛਲੇ ਇਲੈਕਸ਼ਨ ਤੋਂ ਪਹਿਲਾਂ ਸਰਵੇਖਕ ਕਰਾਇਆ ਕਿ ਪੰਜਾਬ ਦੇ ਲੋਕ ਕੀ ਚਾਹੁੰਦੇ ਆ ਕੀਦੇ ਤੇ ਯਕੀਨ ਕਰਦੇ ਆ ਤਾਂ ਉਹਨਾਂ ਨੇ ਦੇਖਿਆ ਨਾ ਕੈਪਟਨ ਤੇ ਕਰਦੇ ਆ ਨਾ ਕਾਂਗਰਸ ਤੇ ਕਰਦੇ ਆ ਪੰਜਾਬ ਦੇ ਲੋਕ ਗੁਰੂ ਨਾਨਕ ਸਾਹਿਬ ਦੀ ਬਾਣੀ ਤੇ ਕਰਦੇ ਆ ਤੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੀ ਬਾਣੀ ਫੜਾ ਕੇ ਤੇ ਪ੍ਰਸ਼ਾਂਤ ਕਸ਼ੋਰ ਨੇ ਝੂਠ ਬਲਵਾਤੇ ਅੱਜ ਕੇਜਰੀਵਾਲ ਵੀ ਉਸੇ ਰਾਹ ਤੇ ਤੁਰਿਆ ਹੋਇਆ ਹੈ ਕਿ ਘਰ ਘਰ ਜਾ ਕੇ ਗਰੰਟੀ ਦੇ ਫਾਰਮ ਭਰ ਰਿਹਾ ਤੇ ਵੀ ਮੇਰੀ ਇਹ ਪੱਕੀ ਗਰੰਟੀ ਜੀ ਫਲਾਣਾ ਜੀ ਪਹਿਲਾਂ ਤੁਸੀਂ ਦਿੱਲੀ ਚ ਤਾਂ 200 ਯੂਨਿਟ ਦਿੰਨੇ ਆ ਤੇ ਇੱਥੇ 300 ਦੀ ਦਿੰਨੇ ਹੋ ਦਿੱਲੀ ਇੱਥੇ ਥਰਮਲ ਤੁਸੀਂ ਬੰਦ ਕਰਾਉਣ ਨੂੰ ਫਿਰਦੇ ਹੋ ਮਾਨਯੋਗ ਸੁਪਰੀਮ ਕੋਰਟ ਚ ਤੁਸੀਂ ਰਿੱਟਾਂ ਪਾਈ ਬੈਠੇ ਇਸ ਕਰਕੇ ਇਹ ਲੋਕ ਸਿਰਫ ਤੇ ਸਿਰਫ ਤੁਹਾਡਾ ਡਾਟਾ ਇਕੱਠਾ ਕਰਦੇ ਆ ਮੈਂ ਇੱਕ ਬੇਨਤੀ ਕਰਦੇ ਆ ਸ਼੍ਰੋਮਣੀ ਅਕਾਲੀ ਦਲ ਨੂੰ ਨਾ ਗਰੰਟੀ ਫਾਰਮ ਭਰਨ ਦੀ ਲੋੜ ਹੈ ਨਾ ਕੋਈ ਸੋਹਾਂ ਚੱਕਣ ਦੀ ਲੋੜ ਹੈ ਸ਼੍ਰੋਮਣੀ ਅਕਾਲੀ ਦਲ ਨੇ ਜੋ ਅੱਜ ਤਿੱਕਰ ਕਿਹਾ ਉਹ ਕਰਕੇ ਦਿਖਾਇਆ ਔਰ ਅਸੀਂ ਹੋਰ ਵੀ ਸਾਰੇ ਪੰਜਾਬ ਦੇ ਲੋਕਾਂ ਦੇ ਘਰਾਂ ਤੱਕ ਜਾਵਾਂਗੇ ਕਿ ਉਹਨਾਂ ਦੇ ਹੋਰ ਕੀ ਸੁਝਾਅ ਨੇ ਜਿੰਨੇ 13 ਨੁਕਾਤੀ ਪ੍ਰੋਗਰਾਮ ਜਾਰੀ ਹੋਇਆ ਉਸ ਤੋਂ ਇਲਾਵਾ ਕੀ ਸੁਝਾਅ ਨੇ ਇਹ ਲੋਕਾਂ ਦੇ ਤੱਕ ਅਸੀਂ ਲੈ ਕੇ ਜਾਵਾਂਗੇ ਔਰ ਉਮੀਦ ਕਰਦੇ ਆ ਜਿਹੜੀ ਇਹ ਚਾਰ ਸ਼ੀਟ ਦੇ ਵਿੱਚ ਜਿਹੜੇ ਮੰਤਰੀ ਐਮ ਐਲ ਏ ਜਾਂ ਜਿਹੜੇ ਕਾਂਗਰਸੀ ਨੇ ਘਬਲੇ ਕੀਤੇ ਐ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਕਾਨੂੰਨ ਦੇ ਕਟਾਰੇ 'ਚ ਹੋਣਗੇ ਬਿਲਕੁਲ ਉਹੀ ਗੱਲ ਆ ਕਿ ਕਾਂਗਰਸ ਕਾਂਗਰਸ ਵੀ ਕਾਗਜ਼ ਲੈ ਕੇ ਜਾਂਦੀ ਆ ਕੇਜਰੀਵਾਲ ਵੀ ਲੈ ਕੇ ਜਾਂਦੇ ਤੁਸੀਂ ਲੈ ਕੇ ਜਾਮ ਕੇ ਤਾਂ ਲੋਕ ਇਹ ਕਾਗਜ਼ਾਂ ਤੋਂ ਅੱਕੇ ਪਿਆ ਯਕੀਨ ਕਰਨਗੇ ਲੋਕ ਇਹ ਕਾਗਜ਼ਾਂ ਤੇ ਨਹੀਂ ਅਸੀਂ ਕੋਈ ਉਹਨਾਂ ਦਾ ਮੈਂ ਤੁਹਾਨੂੰ ਇੱਕ ਬੇਨਤੀ ਕਰਾਂ ਸਾਡਾ ਬੰਦਾ ਜੇ ਮੰਨ ਲਓ ਤੁਹਾਨੂੰ ਮੈਂ ਪੁੱਛਾਂ ਕਿ ਪੰਜਾਬ ਦੇ ਤੁਸੀਂ ਕਿਹੜੇ ਕੋਨੇ 'ਚ ਰਹਿੰਦੇ ਹੋ ਤੁਹਾਡੇ ਇਲਾਕੇ ਲਈ ਕੋਈ ਸੁਝਾਅ ਹੈ ਜੀ ਜਿਹੜੇ ਸਰਕਾਰ ਕੰਮ ਕਰ ਸਕੇ ਤਾਂ ਮੇਰੇ ਤੇ ਖਿਆਲ ਐ ਅਸੀਂ ਤਾਂ ਤੁਹਾਨੂੰ ਕੋਈ ਗੱਲ ਕੀਤੀ ਨਹੀਂ ਤੁਹਾਡੇ ਤੋਂ ਸੁਣਨਾ ਹੈ ਹੁਕਮ ਸੁਣਨਾ ਹੈ ਕਿ ਸਰਕਾਰ ਕੀ ਕਰੇ ਉਹ ਅਸੀਂ ਆਪਦੇ ਕੋਲੇ ਲੈ ਆਉਣੇ ਤੇ ਇਹ ਨਾ ਅਸੀਂ ਕੋਈ ਗਰੰਟੀ ਕਹਨੇ ਆ ਨਾ ਅਸੀਂ ਕੋਈ ਹੋਰ ਕਹਨੇ ਆ ਸਾਡਾ ਤਾਂ ਮੈਂ ਪਹਿਲਾਂ ਹੀ ਦੁਹਰਾਇਆ ਕਿ ਸੋਂ ਉਹਨਾਂ ਲੋਕਾਂ ਨੂੰ ਚੁੱਕਣੀ ਪੈਂਦੀ ਹੈ ਜਿਨ੍ਹਾਂ ਦੀ ਜ਼ੁਬਾਨ ਤੇ ਲੋਕ ਯਕੀਨ ਨਾ ਕਰਦੇ ਹੁਣ ਲਿਖ ਕੇ ਗਰੰਟੀਆਂ ਉਹਨਾਂ ਲੋਕਾਂ ਨੂੰ ਕਰਨੀਆਂ ਪੈਂਦੀਆਂ ਜਿਨ੍ਹਾਂ ਦੀ ਜ਼ੁਬਾਨ ਤੇ ਲੋਕ ਯਕੀਨ ਨਾ ਕਰਦੇ ਹੁਣ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਜੋ ਕਿਹਾ ਉਹ ਕਰਕੇ ਦਿਖਾਇਆ ਪਿਛਲੇ ਮੈਨੀਫੈਸਟੋ ਦੀ ਗੱਲ ਕਰ ਲੋ ਅਸੀਂ ਤਾਂ ਨਹੀਂ ਕਿਹਾ ਸੀਗਾ ਵੀ ਜਿਹੜਾ ਐ ਰਾਮ ਤੀਰਥ ਹੈ ਉਹਦੇ ਤੇ 300 ਕਰੋੜ ਰੁਪਏ ਲਾ ਕੇ ਉਹਨੂੰ ਸੁੰਦਰ ਬਣਾਵਾਂਗੇ ਅਸੀਂ ਤਾਂ ਨਹੀਂ ਕਿਹਾ ਸੀ ਦਰਬਾਰ ਸਾਹਿਬ ਦਾ ਜਿਹੜਾ ਗਲਿਆਰਾ ਹੈ ਉਹਨੂੰ ਸੁੰਦਰ ਬਣਾਵਾਂਗੇ ਅਸੀਂ ਤਾਂ ਨਹੀਂ ਕਿਹਾ ਸੀ ਵੱਡਾ ਤੇ ਛੋਟਾ ਘਲੂ ਘਰਾ ਜਿਹਦੇ ਚ 35000 ਤੇ 7000 ਦੋ ਵਾਰੀ ਲਗਾਤਾਰ ਘਲੂ ਘਰਾ ਵਿੱਚ ਸਿੰਘ ਸਿੰਘਣੀਆਂ ਸ਼ਹੀਦ ਹੋਗੇ ਸੀ ਅਸੀਂ ਤਾਂ ਨਹੀਂ ਕਿਹਾ ਸੀ ਕਿ ਗੁਰੂ ਸਾਹਿਬ ਦੇ ਸਭ ਜਾਦਿਆਂ ਦਾ ਬਦਲਾ ਲੈਣ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਸਿੱਖ ਰਾਜ ਪਹਿਲਾਂ ਕਾਇਮ ਕੀਤਾ ਉਹਦੀ ਯਾਦਗਾਰ ਬਣਾਵਾਂਗੇ ਅਸੀਂ ਤਾਂ ਨਹੀਂ ਕਿਹਾ ਸੀ ਕਿ ਵਿਰਾਸਤੇ ਖਾਲਸਾ ਬਣਾਵਾਂਗੇ ਅਸੀਂ ਤਾਂ ਨਹੀਂ ਕਿਹਾ ਸੀ ਕਿ ਖੁੜਾਲਗੜ ਦੇ ਵਿੱਚ ਗੁਰੂ ਰਵਿਦਾਸ ਮਹਾਰਾਜ ਜੀ ਦੀ ਯਾਦਗਾਰ ਬਣਾਵਾਂਗੇ ਭਾਈ ਜੈਤਾ ਜੀ ਭਾਈ ਮਹਾਰਾਜ ਦੀ ਇਹ ਅਸੀਂ ਤਾਂ ਯਾਦਗਾਰਾਂ ਬਾਰੇ ਕੋਈ ਮੈਨੀਫੈਸਟੋ 'ਚ ਲਿਖਿਆ ਹੀ ਨਹੀਂ ਸੀ ਯਾਤਰਾਵਾਂ ਹਰ ਹਰ ਥਾਂ ਦੀਆਂ ਕਰਾਈਆਂ ਸਾਰੇ ਬਜ਼ੁਰਗਾਂ ਨੂੰ ਅਸੀਂ ਤਾਂ ਮੈਨੀਫੈਸਟੋ 'ਚ ਨਹੀਂ ਸੀ ਕਿਹਾ ਸ਼੍ਰੋਮਣੀ ਅਕਾਲੀ ਦਲ ਜੋ ਮੈਨੀਫੈਸਟੋ ਚ ਕਹਿੰਦਾ ਉਹਦੋਂ ਕਿਤੇ ਵੱਧ ਕੇ ਕਰਕੇ ਦਿਖਾਉਂਦਾ ਇਸ ਕਰਕੇ ਸਾਡਾ ਸ਼੍ਰੋਮਣੀ ਅਕਾਲੀ ਦਲ ਦਾ ਟਰੈਕ ਰਿਕਾਰਡ ਹੈ ਇਸ ਕਰਕੇ ਝੂਠ ਦਾ ਸਹਾਰਾ ਲੈਣ ਵਾਲੇ ਲੋਕਾਂ ਨੂੰ ਸੌਆਂ ਚੱਕਣੀਆਂ ਪੈਂਦੀਆਂ ਨਾਂ ਜਕੀਨ ਜੀ ਦੇ ਤੇ ਕਰਨਾ ਹੋਵੇ ਉਹਨਾਂ ਨੂੰ ਗਾਰੰਟੀ ਫਾਰਮ ਪਰਨੇ ਪੈਂਦੇ ਬਿਲਕੁਲ ਸਾਡਾ ਲਾਸਟ ਸਵਾਲ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਕਿਹੜੇ ਐਸੇ ਏਜੰਡੇ ਹੋਣਗੇ ਜਿਹੜੇ ਲੋਕਾਂ ਤੱਕ ਲੈ ਕੇ ਜਾਊਗੀ ਵੀ ਅਸੀਂ ਆ ਪੂਰੇ ਕਰਾਂਗੇ ਲੋਕਾਂ ਦਾ ਯਕੀਨ ਦਿੱਤਾ ਜਾਵੇ ਦੇਖੋ 13 ਨੁਕਾਤੀ ਪ੍ਰੋਗਰਾਮ ਲਗਭਗ ਸਾਡਾ ਮਿੰਨੀ ਮੈਨੀਫੈਸਟੋ ਜਿਹੜਾ ਜਾਰੀ ਹੋ ਚੁੱਕਿਆ ਜਿਹ ਬੀਬੀਆਂ ਦੇ ਲਈ ਰਸੋਈ ਪਤ ਹੈ 10 ਰੁਪਏ ਕਿਸਾਨਾਂ ਲਈ ਡੀਜ਼ਲ ਸਸਤਾ ਹੈ ਕਾਲੇ ਕਾਨੂੰਨ ਪੰਜਾਬ ਚ ਨਾ ਲਾਗੂ ਹੋਣ ਦੇਵਾਂਗੇ ਤੇ ਨਾਲੇ ਵਿਧਾਨ ਸਭਾ ਦੇ ਵਿੱਚ ਰੱਦ ਕਰਨੇ ਪਏ ਰੱਦ ਕਰਾਂਗੇ ਐਮੈਂਡਮੈਂਟਾਂ ਵਾਲਾ ਦੌਰ ਨਹੀਂ ਅਸੀਂ ਸ਼ੁਰੂ ਕਰਾਂਗੇ 400 ਯੂਨਿਟ ਪ੍ਰਤੀ ਮਹੀਨਾ 800 ਯੂਨਿਟ ਇੱਕ ਬਿੱਲ ਪਿੱਛੇ ਬਿਜਲੀ ਮਾਫੀ ਹੋਊਗੀ ਕੇਜਰੀ ਵਾਲੇ ਲਈ ਨਹੀਂ ਕਿ ਜੇ 201 ਯੂਨਿਟ ਹੋ ਜੀ ਤੇ ਸਾਰਾ ਬਿੱਲ 800 ਯੂਨਿਟ ਤੱਕ ਮਾਫੀ ਹੈ ਜੇ 850 ਯੂਨਿਟ ਹੋਇਆ ਤੇ ਪੰਜਾਹਾਂ ਦਾ ਹੀ ਬਿੱਲ ਲੱਗੇਗਾ 10 ਲੱਖ ਰੁਪਏ ਟਿੱਕਰ ਦਾ ਮੁਫਤ ਇਲਾਜ 1 ਲੱਖ ਨੌਕਰੀ ਸਰਕਾਰੀ 10 ਲੱਖ ਪ੍ਰਾਈਵੇਟ ਤੇ ਨੌਕਰੀਆਂ ਦੇ ਵਿੱਚ 50% ਸਾਡੀਆਂ ਲੜਕੀਆਂ ਦੇ ਲਈ 10 ਲੱਖ ਰੁਪਏ ਵਿਆਜ ਰਹਿਤ ਕਰਜ਼ਾ ਜਿਹੜੇ ਕਿ ਸਾਡੇ ਬੱਚਿਆਂ ਨੂੰ ਪੜ੍ਹਨ ਲਈ ਇੱਥੇ ਹੋਵੇ ਜਾਂ ਵਿਦੇਸ਼ 'ਚ ਹੋਵੇ 33% ਸੀਟਾਂ ਸਾਡੇ ਸਰਕਾਰੀ ਸਕੂਲਾਂ 'ਚੋਂ ਪੜ੍ਹੇ ਬੱਚਿਆਂ ਲਈ ਤਾਂ ਕਿ ਪ੍ਰਾਈਵੇਟ ਵਾਲਿਆਂ ਨਾਲ ਤਾਂ ਮੁਕਾਬਲਾ ਹੀ ਨਹੀਂ ਕਰ ਸਕਦੇ ਉਹਨਾਂ ਲਈ ਰਾਖਵੀਆਂ ਭਵੇਂ ਡਾਕਟਰੀ ਇੰਜੀਨੀਅਰ ਕੁਝ ਵੀ ਕਰਨਾ ਚਾਹਣ ਕੋਰਸ 33% ਸੀਟਾਂ ਉਹਨਾਂ ਲਈ ਰਾਖਵੀਆਂ ਹੈ ਤੇ ਜਿਹੜੇ ਕਾਰਖਾਨੇ ਲੱਗਦੇ ਆ ਪੰਜਾਬ ਦੇ ਵਿੱਚ ਉਹਦੇ 'ਚ 75% ਨੌਕਰੀਆਂ ਸਿਰਫ ਪੰਜਾਬੀਆਂ ਲਈ ਰਾਖਵੀਆਂ ਕੀਤੀਆਂ ਕੱਚੇ ਮੁਲਾਜ਼ਮ ਤੇ ਸਫਾਈ ਸੇਵਕ ਸਾਰੇ ਪੱਕੇ ਕੀਤੇ ਜਾਣਗੇ ਦਰਮਿਆਨੇ ਤੇ ਛੋਟੇ ਉਦਯੋਗਾਂ ਲਈ 5 ਰੁਪਏ ਬਿਜਲੀ ਦਿੱਤੀ ਜਾਊਗੀ ਇਹ ਸਾਰੇ ਦੇ ਸਾਰੇ ਜਿਹੜੇ 13 ਨੁਕਾਤੀ ਪ੍ਰੋਗਰਾਮ ਸਾਬ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਜਾਰੀ ਕੀਤਾ ਹੈ ਸ਼੍ਰੋਮਣੀ ਅਕਾਲੀ ਦਲ ਤੇ ਬੋਝਨ ਸਮਾਜ ਪਾਰਟੀ ਦੇ ਗਠਜੋੜ ਬਣਨ ਤੋਂ ਬਾਅਦ ਇਹਨੂੰ ਲਾਗੂ ਕਰਾਂਗੇ ਬਿਲਕੁਲ ਤੁਸੀਂ 13 ਜਿਹੜੇ ਪ੍ਰੋਗਰਾਮ ਬੜੇ ਦੱਸਿਆਗੇ ਪਰ ਇਹਦੇ ਵਿੱਚ ਕਿਤੇ ਨੌਕਰੀ ਵਾਲਾ ਨਹੀਂ ਹੈਗਾ 800 ਜੁਨਟ ਫਰੀ ਦੇਮੋਗੇ ਦੇਮੋਗੇ ਕਿੱਥੋਂ ਪੈਸਾ ਕਿੱਥੋਂ ਆਊ ਸਰਕਾਰ ਲਵੇ ਪੈਸਾ ਕਿੱਥੋਂ ਆਊ ਦੇਖੋ ਮੇਰੀ ਇੱਕ ਬੇਨਤੀ ਹੈ ਜਦੋਂ ਅਸੀਂ ਬਾਦਲ ਸਾਹਿਬ ਨੇ ਕਿਸਾਨਾਂ ਲਈ ਬਿਜਲੀ ਫਰੀ ਕੀਤੀ ਨਾ ਉਦੋਂ ਕਾਂਗਰਸੀ ਆਹ ਗੱਲ ਕਹਿੰਦੇ ਸੀ ਕਿੱਥੋਂ ਕਰਾਂਗੇ ਜਦੋਂ ਅਸੀਂ ਆਟਾ ਦਾਲ ਸ਼ੁਰੂ ਕੀਤੀ ਕਹਿੰਦੇ ਕਿੱਥੋਂ ਕਰਾਂਗੇ ਜਦੋਂ ਅਸੀਂ ਪੈਨਸ਼ਨ ਸ਼ੁਰੂ ਕੀਤੀ ਕਹਿੰਦੇ ਕਿੱਥੋਂ ਕਰਾਂਗੇ ਜਦੋਂ ਸ਼ਗਨ ਸਕੀਮ ਸ਼ੁਰੂ ਕੀਤੀ ਕਹਿੰਦੇ ਕਿੱਥੋਂ ਕਰਾਂਗੇ ਜਦੋਂ ਸਕਾਲਰਸ਼ਿਪ ਸ਼ੁਰੂ ਕੀਤੀ ਜਿਹੜੀ 4.5 ਲੱਖ ਬੱਚਾ ਹਰ ਸਾਲ ਚ ਸਾਡੀ ਸਰਕਾਰ ਵੇਲੇ ਪੜਦਾ ਸੀ ਤਾਂ ਸਾਰੇ ਕਾਂਗਰਸੀ ਕਹਿੰਦੇ ਸੀ ਕਿੱਥੋਂ ਕਰਾਂਗੇ ਮੈਂ ਵੀਰ ਤੁਹਾਨੂੰ ਵੀ ਯਕੀਨ ਦਿਵਾਉਣਾ ਪਰਮਾਤਮਾ ਤੋਂ ਡਰ ਕੇ ਕਹਿੰਦੇ ਆ ਕਿ ਖਜ਼ਾਨੇ ਦੀ ਆ ਜਿਵੇਂ ਕਾਂਗਰਸੀ ਲੁੱਟ ਕਰਦੇ ਆ ਲੁੱਟ ਨਾ ਕਰਨ ਪੰਜਾਬ ਜਿਹੜੀ ਸਰਕਾਰ ਹੈ ਇਹ ਵੈਲਫੇਅਰ ਸਰਕਾਰ ਹੈ ਇਹ ਕੋਈ ਕਮਾਊ ਸਰਕਾਰ ਥੋੜੀ ਹੁੰਦੀ ਹੈ ਜਿੰਨੇ ਕਿਸੇ ਪਾਸਿਓਂ ਕਮਾਉਣੇ ਆ ਤੇ ਉਹਨੇ ਜਿਹੜੇ ਲੋੜਵੰਦ ਤਬਕਾ ਹੈ ਉਹਨਾਂ ਦੇ ਵਿੱਚ ਵੰਡਣੇ ਆ ਇਸ ਕਰਕੇ ਇਹ ਪਰਮਾਤਮਾ ਤੋਂ ਡਰ ਕੇ ਕਹਿੰਨੇ ਆ ਫਿਕਰ ਨਾ ਕਰੋ ਜਦੋਂ ਗੱਠਜੋੜ ਦੀ ਸਰਕਾਰ ਬਣ ਗਈ ਪੰਜਾਂ ਸਾਲਾਂ ਦੇ ਲਈ ਇਹ ਵਾਅਦੇ ਕੀਤੇ ਆ ਤੇ ਜਿਹੜੀ ਤੁਸੀਂ ਨੌਕਰੀ ਦੀ ਗੱਲ ਕੀਤੀ ਹੈ ਮੈਂ ਦੁਹਰਾ ਦਿਆਂ ਸ਼ਾਇਦ ਤੁਸੀਂ ਸੁਣਿਆ ਨਹੀਂ 1 ਲੱਖ ਨੌਕਰੀ ਸਰਕਾਰੀ ਕੈਪਟਨ ਨੂੰ 35 ਲੱਖ ਨਹੀਂ ਕਿਉਂਕਿ ਉਹ ਤਾਂ ਝੂਠ ਹੋ ਗਿਆ 55 ਸਾਲਾਂ ਚ 1 ਲੱਖ ਨੌਕਰੀ ਸਰਕਾਰੀ ਖਾਲੀ ਹੁੰਦੀਆਂ 1 ਲੱਖ ਨੌਕਰੀ ਸਰਕਾਰੀ ਜਿਹਦੇ ਚ 50 50 ਹਜ਼ਾਰ ਲੜਕੀਆਂ ਲਈ ਤੇ 50 ਹਜ਼ਾਰ ਲੜਕਿਆਂ ਲਈ ਹੋਣੀਆਂ 10 ਲੱਖ ਪ੍ਰਾਈਵੇਟ ਨੌਕਰੀਆਂ ਦੇ ਵਸੀਲੇ ਜਿਹੜੇ ਉਹ ਅਸੀਂ ਪਾਇਦਾ ਕਰਕੇ ਦੇਣੀਆਂ ਝੂਠ ਅਸੀਂ ਨਾ ਮਾਰਿਆ ਨਾ ਮਾਰਨਾ ਝੂਠ ਉਹ ਬੰਦਾ ਮਾਰਦਾ ਜਿਹਨੇ ਇੱਕ ਵਾਰੀ ਵੋਟਾਂ ਦੀ ਠੱਗੀ ਮਾਰਨੀ ਹੈ ਜਿਹਨੇ ਹਰ ਵਰਕ ਤੇ ਤੁਹਾਡੀ ਕਚਹਿਰੀ ਦੇ ਵਿੱਚ ਰਹਿਣਾ ਉਹ ਕੋਈ ਪਾਰਟੀ ਝੂਠ ਨਹੀਂ ਬੋਲ ਸਕਦੀ ਬਿਲਕੁਲ ਧੰਨਵਾਦ ਸਮਾਂ ਦੇਣ ਲਈ ਬਹੁਤ ਧੰਨਵਾਦ ਸੋਇ ਸੰ ਸਾਡੇ ਨਾਲ ਚਰਨਜੀਤ ਬਰਾੜ ਜੀ ਜੋ ਕਿ ਇਹਨਾਂ ਨੇ ਅਹਿਮ ਗੱਲਾਂ ਬਾਤਾਂ ਕੀਤੀਆਂ ਕਿ ਕਿਸ ਤਰ੍ਹਾਂ ਸ੍ਰੋਮਣੀ ਅਕਾਲੀ ਦਲ ਲੋਕਾਂ ਦੀ ਕਚਹਿਰੀ ਦੇ ਵਿੱਚ ਆਪਣੇ ਜੋ ਵਾਅਦੇ ਜੋ ਆਪਣੀਆਂ ਗੱਲਾਂ ਲੈ ਕੇ ਜਾਊਗੀ ਉਹ ਦੇਖਣਾ ਹੋਵੇਗਾ ਕਿ ਲੋਕ ਕਿੰਨਾ ਉਹ ਗੱਲਾਂ ਤੇ ਯਕੀਨ ਕਰਦੇ ਨੇ ਦੇਖਦੇ ਰਹੋ ਬਣੇ ਰਹੋ ਸਾਡੇ ਨਾਲ ਵਾਈਜੀ ਟੀਵੀ